फिलौर विच बेखौफ लुटेरियां वालों वारदातां नूं लगातार अंजाम दिता जा रहा है। ताज़ा मामला फिलौर दे पिंड नगर तो सामने आया जिथे कक्कड़ एंटरप्राइजेज़ दी दुकान विच दो हथियारबंद लुटेरे दाखिल होए जिन्हां ने लुट दी नीयत दे नाल दुकान दे मालिक ते गोली चला दित्ती पर दुकान दे मालिक ने बहादुरी दिखाउंदिया होया लुटेरियां दा मुकाबला किया। इस तों बाद दोनों लुटेरे मोटरसाइकिल ते फरार हो गए। पुलिस ने अनपछाते लुटेरियां दे खिलाफ इरादा कतल समेत आर्म एक्ट दा मामला दर्ज कर लिया। इस सारी वारदात की सीसीटीवी भी सामने आई है। दुकान मालिक दीपक ने दसिया कि लुटेरे कुछ भी ले जाने विच असफल रहे। दुकान मालिक दे नाल उन्हां दा भरा मुनीश भी उत्थे मौजूद सी। दीपक ने कहा कि पुलिस जल्द लुटेरियां नूं काबू करे। मैं कक्कड़ एंटरप्राइजेज दा ओनर हां। कल करीब 5:30 दे करीब कोई दो अनपछाते बंदे आए आम ग्राहक दे वांगू मेरे को पेमेंट लैण दी मंग कीती। जद मैं कहा भी चलो नंबर मैनू पेमेंट दा दे दो भी मैं पेमेंट लॉक करके तुहानू दे देवां, दैन उन्होंने मेरे रिवॉल्वर दोनों कोल सीगी तां दोनों रिवॉल्वर कढ लई अपनी। रिवॉल्वर कढ़न तों बाद उन्होंने इहदे नाल हथोपाई कीती छोटे भरा दे नाल, तां मेरे ते उन्होंने फायर कीता। चलो फायर करन तों बाद फिर जदों मैं अपने वल्लों ਉਹਨਾਂ ਮੇਰੇ ਹੱਥ ਗਲਾਸ ਸੀਗਾ ਕੱਚ ਦਾ, ਜਦੋਂ ਮੈਂ ਉਹ ਉਹਨਾਂ ਤੇ ਮਾਰਿਆ ਤਾਂ ਉਸ ਤੋਂ ਬਾਅਦ ਉਹ ਫਿਰ ਭੱਜ ਗਏ ਤੇ। ਹਾਂਜੀ, ਦੋ ਵਿਅਕਤੀ ਸੀ, ਦੋ ਵਿਅਕਤੀ ਸੀ ਉਹਨਾਂ ਦੀ, ਆਈ ਥਿੰਕ 30 ਤੋਂ ਥੱਲੇ ਹੋਣਗੇ ਸੀ, ਮੋਟਰਸਾਈਕਲ ਤੇ ਆਏ ਸੀ, ਹਾਂ ਬਾਈਕ ਤੇ। ਕਿ ਜਿੱਦਾਂ ਪਹਿਲਾਂ ਵੀ ਇੱਕ ਹਾਸਾ ਹੋ ਚੁੱਕੇ ਕਾਫੀ ਪਹਿਲਾਂ ਸਮਾਂ ਵੀ ਆ, ਹਾਂਜੀ ਵਾਰਦਾਤ ਹੋਈ ਸੀ, ਹਾਂਜੀ ਹੋਈ। ਉਹ ਹੁਣ ਕੀ ਕਹਿੰਦੇ ਆ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਆ ਵੀ ਸਾਨੂੰ ਸਾਡਾ ਜੋ ਵੀ ਹੋਇਆ ਉਹ ਚ ਸਾਨੂੰ ਇਨਸਾਫ ਮਿਲੇ। ਪ੍ਰਸ਼ਾਸਨ ਆ ਗਏ ਸੀ, ਫਿਰ ਮੈਂ ਉਹਨਾਂ ਨੂੰ ਕਾਲ ਕੀਤੀ 20-25 ਮਿੰਟ ਬਾਅਦ। ਕੁਛ ਟਾਈਮ ਤਾਂ ਮੈਨੂੰ ਪਤਾ ਨਹੀਂ ਲੱਗਾ, ਮੈਂ ਸ਼ੌਕ ਚ ਸੀਗਾ। ਉਸ ਤੋਂ ਬਾਅਦ ਜਦ ਮੈਂ ਉਹਨਾਂ ਨੂੰ, ਹਾਂਜੀ ਇਹਨਾਂ ਦਾ ਨਾਮ ਮਨੀਸ਼ ਕੁਮਾਰ ਹੈ। ਇੱਕ ਇਤਲਾਹ ਮਿਲੀ ਸੀਗੀ ਕਿ ਪਿੰਡ ਨਗਰ ਵਿਖੇ ਦੀਪਕ ਕੁਮਾਰ ਦੀ ਵੈਸਟਰਨ ਯੂਨੀਅਨ ਦੀ ਦੁਕਾਨ ਆ, ਜਿੱਥੇ ਦੋ ਅਣਪਛਾਤੇ ਵਿਅਕਤੀ ਆਏ ਆ ਜਿਨ੍ਹਾਂ ਨੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਆਪਣੇ ਡੱਬਾ ਵਿੱਚੋਂ ਪਿਸਟਲ ਕੱਢ ਕੇ ਅਤੇ ਉਹਨਾਂ 'ਤੇ ਲੁੱਟ ਮਾਰ ਕਰਨ ਦੀ ਨੀਅਤ ਨਾਲ ਫਾਇਰ ਕੀਤਾ। ਅਤੇ ਦੀਪਕ ਕੁਮਾਰ ਕੁਦਰਤੀ ਕਾਊਂਟਰ ਦੇ ਥੱਲੇ ਬੈਠਣ ਕਰਕੇ ਉਹਦਾ ਬਚਾਅ ਹੋ ਗਿਆ, ਅਤੇ ਜਿਸ 'ਤੇ ਦੀਪਕ ਕੁਮਾਰ ਦਾ ਬਿਆਨ ਲੈ ਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਆ, ਜੋ ਤਫਤੀਸ਼ ਜਾਰੀ ਹੈ। ਕਿੰਨੇ ਫਾਇਰ ਹੋਏ ਭਾਜੀ? ਇੱਕ ਫਾਇਰ ਹੋਇਆ, ਦੋ ਨਾਮ ਨੂੰ ਵਿਅਕਤੀ ਸੀ ਲੁੱਟਖੋ ਕਰਨ ਵਾਲੇ ਅਤੇ ਉਹਨਾਂ ਕੋਲ ਦੋ ਪਿਸਟਲ ਸੀ। ਇਸ ਤੋਂ ਪਹਿਲਾਂ ਕਰੀਬ 5-6 ਸਾਲ ਪਹਿਲਾਂ ਉਸੇ ਦੁਕਾਨ 'ਤੇ ਇੱਕ ਵਾਰਦਾਤ ਪਹਿਲਾਂ ਹੋਈ ਸੀ, ਉੱਥੇ ਉਦੋਂ ਵੀ ਗੋਲੀ ਮਾਰ ਕੇ ਜਿਹੜਾ ਦੁਕਾਨ ਦਾ ਮਾਲਕ ਸੀਗਾ ਲੜਕਾ ਸੀਗਾ, ਹੁਣ ਮੈਨੂੰ ਨਾਮ ਨਹੀਂ ਯਾਦ ਉਹਦਾ, ਉਹਦੀ ਡੈਥ ਹੋ ਗਈ ਸੀਗੀ। ਸੀਸੀਟੀਵੀ ਕੈਮਰੇ ਵਿੱਚ ਉਹਨਾਂ ਦੇ ਚਿਹਰੇ ਆਏ ਹੋਏ ਆ ਅਤੇ ਉਹਨਾਂ ਦੀ ਪੜਤਾਲ ਅਸੀਂ ਭਾਲ ਕਰ ਰਹੇ ਹਾਂ। ਖੋਲ ਵਗੈਰਾ ਲੈ ਆਉਂਦਾ? ਹਾਂ, ਇੱਕ ਬੁਲਟ ਮਿਲਿਆ ਜੋ ਚੱਲਿਆ ਹੋਇਆ ਸੀ, ਉਹ ਮਿਲ ਗਿਆ ਸੀ ਮੌਕੇ। ਬਿਲਕੁਲ ਜੀ, ਸਾਡੀਆਂ ਵੱਖੋ ਵੱਖ ਟੀਮਾਂ ਸਾਰੀਆਂ ਡਿਪਟੀ ਸਾਹਿਬ ਨੇ ਤਾਂ SHO ਸਾਹਿਬ ਨੇ ਤਿਆਰ ਕੀਤੀਆਂ ਹੋਈਆਂ ਅਤੇ ਅਸੀਂ ਵੱਖੋ ਵੱਖਰੀਆਂ ਟੀਮਾਂ ਜਿਹੜੀਆਂ ਲਾਈਆਂ ਹੋਈਆਂ। ਹਾਂਜੀ, ਬੁਲਟ ਨੰਬਰ ਹੈ, ਵੇ ਨੰਬਰ ਹੈ ਬੁਲਟ ਨਹੀਂ, ਉਹ ਚੱਲਿਆ ਹੋਇਆ, ਉਹਦਾ ਪਕੌੜਾ ਜਿਹਾ ਬਣ ਜਾਂਦਾ ਨਾ, ਮਤਲਬ ਉਹ ਚੁੱਕ ਗਿਆ। ਹਾਂਜੀ।